ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਇਸ ਸਮੇਂ ਤੁਹਾਨੂੰ ਅਸੀਂ ਕੈਨੇਡਾ ਪਰ ਤੋਂ ਕਈ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੋ ਅਸੀਂ ਕੱਲ ਵੀ ਤੁਹਾਨੂੰ ਇੱਕ ਰਿਪੋਰਟ ਦਿਖਾਈ ਸੀ ਜੋ ਕਿ ਇਸ ਸਮੇਂ ਕਾਫੀ ਵੱਡਾ ਵਿਵਾਦ ਵੀ ਬਣਿਆ ਹੋਇਆ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਈ ਅਰਜ਼ੀਆਂ ਅਸਾਈਨ ਉਹਨਾਂ ਆਫੀਸਰਸ ਨੂੰ ਕੀਤੀਆਂ ਗਈਆਂ ਜਿਨ੍ਹਾਂ ਦੇ ਕੋਡ ਇਨਐਕਟਿਵ ਨਹੀਂ ਜਿਸ ਦੇ ਬਾਰੇ ਸਾਰੀ ਜਾਣਕਾਰੀ ਤੁਸੀਂ ਕੱਲ ਵਾਲੀ ਰਿਪੋਰਟ ਦੇ ਵਿੱਚ ਦੇਖ ਸਕਦੇ ਹੋ ਪਰ ਇਸ ਦੇ ਉੱਤੇ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਪ੍ਰतिकਰਮ ਆਇਆ ਹੈ ਦਰਸਲ ਜਦੋਂ ਪਾਰਲੀਮੈਂਟ ਤੋਂ ਬਾਹਰ ਉਹ ਜਾ ਰਹੇ ਸੀ ਤਾਂ ਉਸ ਸਮੇਂ ਰਿਪੋਰਟਰਸ ਦੇ ਵੱਲੋਂ ਇਸ ਦੇ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਸ ਦੇ ਜਵਾਬ ਵਿੱਚ ਉਹਨਾਂ ਦੇ ਵੱਲੋਂ ਕੋਈ ਠੋਸ ਤੇ ਸਪਸ਼ਟ ਜਵਾਬ ਤਾਂ ਨਹੀਂ ਦਿੱਤਾ ਗਿਆ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਜਦੋਂ ਵੀ ਕਿਸੇ ਫਾਈਲ ਨੂੰ ਇੱਕ ਇਮੀਗ੍ਰੇਸ਼ਨ ਆਫੀਸਰ ਨੂੰ ਅਸਾਈਨ ਕੀਤਾ ਜਾਂਦਾ ਇੱਕ ਕੋਡ ਦੇ ਉੱਤੇ ਤਾਂ ਸਿਰਫ ਉਹੀ ਨਹੀਂ ਸਗੋਂ ਹੋਰ ਇਮੀਗ੍ਰੇਸ਼ਨ ਆਫੀਸਰਸ ਵੀ ਉਸ ਫਾਈਲ ਨੂੰ ਦੇਖ ਸਕਦੇ ਨੇ ਤੇ ਉਸ ਫਾਈਲ ਦਾ ਐਕਸੈਸ ਉਹਨਾਂ ਦੇ ਕੋਲ ਵੀ ਹੁੰਦਾ ਹੈ ਤੇ ਸਿਰਫ ਇੱਕ ਆਫੀਸਰ ਇੱਕ ਫਾਈਲ ਨੂੰ ਹੱਥ ਨਹੀਂ ਲਾਉਂਦਾ ਸਗੋਂ ਹੋਰ ਇਮੀਗ੍ਰੇਸ਼ਨ ਅਧਿਕਾਰੀ ਵੀ ਉਸ ਫਾਈਲ ਦੇ ਉੱਤੇ ਕੰਮ ਕਰਦੇ ਨੇ ਤੇ ਕਰ ਸਕਦੇ ਨੇ ਤੇ ਇਸੇ ਨੂੰ ਲੈ ਕੇ ਫਿਲਹਾਲ ਤੱਕ ਤਾਂ ਇਹੋ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਕਿ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਤਾਂ ਨਹੀਂ ਕਿਹਾ ਗਿਆ ਪਰ ਜੋ ਇਸ ਸਮੇਂ ਇਮੀਗ੍ਰੇਸ਼ਨ ਸਲਾਹਕਾਰ ਨੇ ਜਿਹੜੇ ਕਿ ਲੀਗਲ ਸਲਾਹਕਾਰ ਨੇ ਉਹਨਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਵੀ ਲੱਗਦਾ ਕਿ ਉਨ੍ਹਾਂ ਦੀਆਂ ਫਾਈਲਾਂ ਅਜਿਹੇ ਇਮੀਗ੍ਰੇਸ਼ਨ ਆਫਿਸਰਜ਼ ਦੇ ਕੋਲ ਨੇ ਜਿਨ੍ਹਾਂ ਦੇ ਕੋਡ ਇਨਐਕਟਿਵ ਨੇ ਜਿਹੜੇ ਹੁਣ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਕੰਮ ਨਹੀਂ ਕਰਦੇ ਜਾਂ ਫਿਰ ਕੰਮ ਛੱਡ ਚੁੱਕੇ ਨੇ ਤਾਂ ਉਹ ਆਪਣੇ ਖੇਤਰ ਦੇ ਲੋਕ ਸਭਾ ਮੈਂਬਰ ਨਾਲ ਸੰਪਰਕ ਕਰ ਸਕਦੇ ਨੇ ਜਾਂ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਫੋਨ ਕਰਕੇ ਸੰਪਰਕ ਕਰ ਸਕਦੇ ਨੇ ਜਿਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਅਪਡੇਟ ਲਈ ਜਾ ਸਕਦੀ ਹੈ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਫਾਈਲ ਕਿਸੇ ਹੋਰ ਆਫਿਸਰ ਨੂੰ ਅਸਾਈਨ ਕਰ ਦਿੱਤੀ ਜਾਵੇ ਤੇ ਛੇਤੀ ਨਾਲ ਉਸ ਦੇ ਉੱਤੇ ਕੋਈ ਜਵਾਬ ਆ ਜਾਵੇ ਨਾ ਸਿਰਫ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਇਹ ਵੀ ਕਿਹਾ ਕਿ ਜੋ ਇਸ ਸਮੇਂ ਬੈਕਲੌਗ ਦੇ ਉੱਤੇ ਵੀ ਕੰਮ ਕੀਤਾ ਗਿਆ ਪਹਿਲਾਂ ਨਾਲੋਂ 3 ਲੱਖ ਫਾਈਲਾਂ ਦੇ ਜੋ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਬੈਕਲੌਗ ਠੇਹਾ ਆ ਚੁੱਕਿਆ ਜਿਸ ਦੇ ਬਾਰੇ ਪਹਿਲਾਂ ਅਸੀਂ ਵੀ ਤੁਹਾਨੂੰ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਸੀ ਤੇ ਇਸੇ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਇਹ ਬਿਆਨ ਦਿੱਤਾ ਤੇ ਜਾਣਕਾਰੀ ਦਿੱਤੀ ਤੇ ਦਾਵਾ ਕੀਤਾ ਕਿ ਪਹਿਲਾਂ ਨਾਲੋਂ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਸੁਧਾਰ ਆਇਆ ਹੈ ਤੇ ਜੋ ਇਹ ਕੋਡਸ ਵਾਲੇ ਵਿਵਾਦ ਦੇ ਉੱਤੇ ਸਵਾਲ ਕੀਤਾ ਗਿਆ ਤਾਂ ਉਸ ਦੇ ਉੱਤੇ ਅੱਗੇ ਹੋਰ ਕੰਮ ਕੀਤੇ ਜਾਣ ਦੀ ਜਾਣਕਾਰੀ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਚੀਨ ਤੋਂ ਕੈਨੇਡਾ ਵਿੱਚ ਕਈ ਸ਼ਿਪਮੈਂਟਸ ਅਜੇ ਹਾਂ ਭੇਜੀਆਂ ਗਈਆਂ ਜਿਸ ਦੇ ਵਿੱਚ ਕਾਫੀ ਖਤਰਨਾਕ ਕੈਮੀਕਲ ਸੀ। ਕੈਨੇਡਾ ਬਾਰਡਰ ਸਰਵਿਸ ਦੇ ਅਧਿਕਾਰੀਆਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਜਿਹੇ ਕੈਮੀਕਲ ਜਿਸ ਦੀ ਵਰਤੋਂ ਨਾਲ ਸਿੰਥੈਟਿਕ ਨਸ਼ਾ ਬਣਾਇਆ ਜਾ ਸਕਦਾ ਹੈ ਜੋ ਕਿ ਕਾਫੀ ਜ਼ਹਿਰੀਲਾ ਵੀ ਸਾਬਤ ਹੋ ਸਕਦਾ ਹੈ ਤਾਂ ਉਸ ਨੂੰ ਜ਼ਬਤ ਕੀਤਾ ਗਿਆ ਤੇ ਕਿਸ ਤਰ੍ਹਾਂ ਵੱਖ-ਵੱਖੀਆਂ ਸ਼ਿਪਮੈਂਟਸ ਇਹ ਆਈਆਂ ਨੇ ਤੇ 1 ਅਰਬ ਦੇ ਕਰੀਬ ਡੋਜ਼ੇਸ ਫੈਂਟਨਲ ਦੀ ਉਹ ਬਣਾਈਆਂ ਜਾ ਸਕਦੀਆਂ ਸਨ ਜੋ ਇਹ ਕੈਮੀਕਲ ਸਬਤ ਕੀਤਾ ਗਿਆ ਜਿਸ ਦੀ ਪੂਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਹੁਣ ਤੁਹਾਨੂੰ ਅਸੀਂ ਦੱਸਾਂਗੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਚੀਨ ਤੋਂ ਆਈ ਸ਼ਿਪਮੈਂਟ ਦੀ ਜਦੋਂ ਜਾਂਚ ਕੀਤੀ ਤਾਂ ਉਸ ਦੇ ਵਿੱਚ ਫੈਂਟਨਲ ਦੇ ਲਈ ਅਜਿਹਾ ਕੈਮੀਕਲ ਪਾਇਆ ਗਿਆ ਜਿਸ ਦੇ ਨਾਲ ਇਸ ਜਾਨਲੇਵਾ ਨਸ਼ੇ ਦੀਆਂ 1 ਅਰਬ ਡੋਜ਼ਸ ਬਣਾਈਆਂ ਜਾ ਸਕਦੀਆਂ ਸਨ ਇਸ ਸਾਲ ਦੀ ਸ਼ੁਰੂਆਤ ਵਿੱਚ ਇਹ ਕੈਮੀਕਲ ਸਬਤ ਕੀਤਾ ਗਿਆ ਜਿਸ ਦੀ ਜਾਣਕਾਰੀ ਹੁਣ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਵਾਰ ਇਹ ਬਰਾਮਦਗੀਆਂ ਹੋਈਆਂ ਜਿਨ੍ਹਾਂ ਕਿਹਾ ਕਿ 1133 ਕਿਲੋ ਪ੍ਰੋਪਾਇਨਲ ক্লোਰਾਈਡ ਜਿਸ ਨੂੰ ਖਿਡਾਉਣੇ ਦੱਸ ਕੇ ਭੇਜਿਆ ਗਿਆ ਮੈਟਰੋ ਵੈਨਕੂਵਰ ਦੇ ਰਾਹੀਂ ਇਹ ਕੈਮੀਕਲ ਮਈ ਮਹੀਨੇ ਕੈਨੇਡਾ ਲਿਆਂਦਾ ਗਿਆ ਚੀਨ ਤੋਂ ਨਸ਼ੇ ਦੀਆਂ ਚਾਰ ਵੱਡੀਆਂ ਸ਼ਿਪਮੈਂਟਸ ਦੇ ਵਿੱਚੋਂ ਇਹ ਪਹਿਲੀ ਸੀ ਜੋ ਕਿ ਮਈ ਤੇ ਜੁਲਾਈ ਦੇ ਦਰਮਿਆਨ ਖੁਲਾਸਾ ਹੋਇਆ ਮਈ ਤੋਂ ਬਾਅਦ ਅਗਲੇ ਮਹੀਨੇ ਹੀ ਫਿਰ 1100 ਕਿਲੋ ਇੱਕ ਕੈਮੀਕਲ ਜ਼ਬਤ ਕੀਤਾ ਗਿਆ ਜਿਸ ਨੂੰ ਘਰ ਦਾ ਸਮਾਨ ਦੱਸਿਆ ਗਿਆ ਸੀ ਤੇ ਫਿਰ ਉਸੇ ਮਹੀਨੇ 338.5 ਕਿਲੋ ਪੀਐਮਕੇ ਇਥਾਈ ਗਲਾਈਸੀਡੇਟ ਜ਼ਬਤ ਕੀਤੀ ਗਈ ਜਿਸ ਸ਼ਿਪਮੈਂਟ ਦੇ ਉੱਤੇ ਲਿਖਿਆ ਹੋਇਆ ਸੀ ਕਿ ਉਹ ਬੱਚਿਆਂ ਦਾ ਕੋਈ ਸਮਾਨ ਹੈ ਤੇ ਫਿਰ ਜੁਲਾਈ ਮਹੀਨੇ ਅਧਿਕਾਰੀਆਂ ਨੇ 303 ਕਿਲੋ ਇਹੋ ਕੈਮੀਕਲ ਮੁਰਤੋਂ ਜ਼ਬਤ ਕੀਤਾ ਇਹ ਚਾਰ ਬਰਾਮਦਗੀਆਂ ਕੀਤੀਆਂ ਗਈਆਂ ਜੋ ਜਾਨਲੇਵਾ ਕੈਮੀਕਲ ਕੈਨੇਡਾ ਵਿੱਚ ਚੀਨ ਤੋਂ ਲਿਆਂਦਾ ਜਾ ਰਿਹਾ ਸੀ ਤੇ ਫਿਰ ਇੱਕ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਮਾਮਲਾ ਸਾਹਮਣੇ ਆਇਆ ਜਿੱਥੇ 70.7 ਕਿਲੋ ਪ੍ਰੋਪਾਇਨਾਈਲ ক্লোਰਾਈਡ ਜ਼ਬਤ ਕੀਤਾ ਗਿਆ ਬਾਰਡਰ ਅਧਿਕਾਰੀਆਂ ਨੇ ਕਿਹਾ ਕਿ ਹੋ ਇਸ ਗੱਲ ਲਈ ਵਚਨਬੱਧ ਨੇ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਜਾਂ ਨਸ਼ਾ ਬਣਾਉਣ ਵਾਲਾ ਕੋਈ ਵੀ ਅਜਿਹਾ ਸਮਾਨ ਨਾ ਆਵੇ ਜਿਸ ਦੇ ਨਾਲ ਕੈਨੇਡਾ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਨੁਕਸਾਨ ਹੋ ਸਕਦਾ ਹੈ ਇੱਥੇ ਜ਼ਿਕਰਯੋਗ ਹੈ ਕਿ ਸਾਲ 2022 ਦੇ ਪਹਿਲੇ 10 ਮਹੀਨਿਆਂ ਦੇ ਦੌਰਾਨ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1827 ਮੌਤਾਂ ਹੋ ਚੁੱਕੀਆਂ ਨੇ ਜੋ ਕਿ ਗੈਰ ਕਾਨੂੰਨੀ ਨਸ਼ੇ ਦੀ ਓਵਰਡੋਜ਼ ਕਰਕੇ ਹੋਈਆਂ ਨੇ ਜਿਨ੍ਹਾਂ ਵਿੱਚ 82% ਮੌਤਾਂ ਇਸ ਕਰਕੇ ਹੋਈਆਂ ਕਿਉਂਕਿ ਉਹਨਾਂ ਵਿਅਕਤੀਆਂ ਨੇ ਫੈਂਟਨਲ ਦੀ ਓਵਰਡੋਸ ਕੀਤੀ ਸੀ ਹੁਣ ਰੁੱਖ ਅਗਲੀ ਖਬਰ ਦੇਵਲ ਕਰਾਂਗੇ ਜਿਵੇਂ ਕਿ ਹੁਣ ਛੁੱਟੀਆਂ ਆ ਰਹੀਆਂ ਨੇ ਤਾਂ ਇਸ ਮੌਕੇ ਯਾਤਰੀਆਂ ਦੇ ਵੱਲੋਂ ਟ੍ਰੈਵਲ ਵੀ ਜ਼ਿਆਦਾ ਕੀਤਾ ਜਾਂਦਾ ਹੈ ਨਵੇਂ ਸਾਲ ਦੇ ਮੌਕੇ ਵੀ ਤਾਂ ਅਜੇ ਵਿੱਚ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਕਦਮ ਚੁੱਕਿਆ ਗਿਆ ਹੈ ਤਾਂ ਕਿ ਉੱਥੇ ਹੋਰ ਲੰਮੀਆਂ ਕਤਾਰਾਂ ਨਾ ਲੱਗਣ ਤੇ ਖੱਜਲ ਨਾ ਹੋਣਾ ਪਵੇ ਯਾਤਰੀਆਂ ਨੂੰ ਕਿ ਇੱਕ ਐਕਸਪ੍ਰੈਸ ਲਾਈਨ ਬਣਾਈ ਗਈ ਹੈ ਵਾਈ ਵਾਈ ਜ਼ੈਡ ਐਕਸਪ੍ਰੈਸ ਲਾਈਨ ਹੈ ਇਹ ਦਰਅਸਲ ਜਿਸ ਤਿੱਕੇ ਅਪਾਇੰਟਮੈਂਟ ਲਈ ਜਾ ਸਕਦੀ ਹੈ ਜਿਵੇਂ ਕਿ ਸਿਕਿਉਰਟੀ ਦੇ ਵਾਸਤੇ ਜੋ ਸਕਰੀਨਿੰਗ ਹੁੰਦੀ ਹੈ ਏਅਰਪੋਰਟ ਦੇ ਉੱਤੇ ਉਸ ਤੇ ਵਾਸਤੇ ਹੀ ਲੰਮੀਆਂ ਕਤਾਰਾਂ ਦੇ ਵਿੱਚ ਉਡੀਕ ਕਰਨੀ ਪੈਂਦੀ ਹੈ ਤਾਂ ਕਈ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਸ ਦੇ ਵਾਸਤੇ ਚੋਣ ਦਿੱਤੀ ਜਾ ਰਹੀ ਹੈ ਕਿ ਯਾਤਰੀ ਉੱਥੇ ਪਹੁੰਚਣ ਤੋਂ ਪਹਿਲਾਂ ਆਪਣੀ ਅਪਾਇੰਟਮੈਂਟ ਲੈ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਿਰਫ 15 ਮਿੰਟ ਪਹਿਲਾਂ ਪਹੁੰਚਣ ਦੀ ਲੋੜ ਹੋਵੇਗੀ ਤੇ ਉੱਥੇ ਜਾ ਕੇ ਉਹ ਆਪਣੀ ਸਿਕਿਉਰਟੀ ਦੀ ਸਕਰੀਨਿੰਗ ਕਰਵਾ ਸਕਦੇ ਨੇ ਤੇ ਕਾਫੀ ਛੇਤੀ ਦੇ ਨਾਲ ਅੱਗੇ ਆਪਣੀ ਫਲਾਈਟ ਲੈ ਸਕਣਗੇ ਜਿਸ ਤੇ ਲਈ ਕਈ ਕਈ ਘੰਟਿਆਂ ਬੱਧੀ ਉਹਨਾਂ ਨੂੰ ਲੰਮੀਆਂ ਕਤਾਰਾਂ ਦੇ ਵਿੱਚ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ ਜੋ ਇਹ ਵਾਈ ਵਾਈ ਜ਼ੈਡ ਐਕਸਪ੍ਰੈਸ ਨਾਮ ਦੀਆਂ ਲਾਈਨਸ ਸ਼ੁਰੂ ਕੀਤੀਆਂ ਗਈਆਂ ਨੇ ਇਹਨਾਂ ਲਾਈਨਸ ਦੇ ਵਿੱਚ ਜਾ ਕੇ ਛੇਤੀ ਦੇ ਨਾਲ ਵਾਰੀਆ ਜਾਵੇਗੀ ਜਿਨ੍ਹਾਂ ਦੇ ਕੋਲ ਵੀ ਅਪਾਇੰਟਮੈਂਟ ਹੋਵੇਗੀ ਉਹਨਾਂ ਨੂੰ ਉਹਨਾਂ ਕਤਾਰਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਜਿਸ ਦੇ ਬਾਰੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਰਪੋਰਟ ਤੋਂ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਕੋਵਿਡ ਦੇ ਦੌਰਾਨ ਤਾਂ ਪੀਅਰਸਨ 에ਰਪੋਰਟ ਦੇ ਉੱਤੇ ਕਾਫੀ ਜ਼ਿਆਦਾ ਬੁਰੇ ਹਾਲਾਤ ਹੋ ਗਏ ਸਨ ਕਿ ਘੰਟਿਆਂ ਬੱਧੀ ਲੋਕਾਂ ਨੂੰ ਡੀਕ ਕਰਨੀ ਪੈਂਦੀ ਸੀ ਕਿ ਉਹਨਾਂ ਦੀਆਂ ਫਲਾਈਟਾਂ ਵੀ ਕਈ ਵਾਰ ਰੱਦ ਕਰਨੀਆਂ ਪੈਂਦੀਆਂ ਸੀ ਜਾਂ ਫਿਰ ਉਹ ਫਲਾਈਟ ਮਿਸ ਕਰ ਦਿੰਦੇ ਸਨ ਜਿਸ ਕਰਕੇ ਉਹਨਾਂ ਨੂੰ ਖੱਜਲ ਹੋਣਾ ਪੈਂਦਾ ਸੀ ਪਰ ਇਸ ਨੂੰ ਘੱਟ ਕਰਨ ਦੇ ਲਈ ਤੇ ਹੁਣ ਆਉਣ ਵਾਲੀਆਂ ਛੁੱਟੀਆਂ ਦੇ ਵਿੱਚ ਲੋਕਾਂ ਨੂੰ ਖੱਜਲ ਨਾ ਹੋਣਾ ਪਵੇ ਇਸ ਵਾਸਤੇ ਸਹੂਲਤ ਦਿੱਤੀ ਜਾ ਰਹੀ ਹੈ ਕੈਲਗਰੀ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇਹ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਸਹੂਲਤ ਜਿੱਥੇ ਵੀ ਅਪਾਇੰਟਮੈਂਟ ਲੈ ਕੇ ਜਾਇਆ ਜਾ ਸਕਦਾ ਪਹਿਲਾਂ ਤੋਂ ਕੁਝ ਹੀ ਸਮੇਂ ਦੇ ਵਿੱਚ ਸਿਕਿਉਰਿਟੀ ਸਕਰੀਨਿੰਗ ਕਰਵਾਈ ਜਾ ਸਕਦੀ ਹੈ ਜੋ ਇਹ ਐਕਸਪ੍ਰੈਸ ਕਤਾਰਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਰਾਹੀਂ ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ ਜਿਵੇਂ ਕਿ ਅਸ ਤੁਹਾਨੂੰ ਇੱਕ ਤੂਫਾਨ ਦੇ ਬਾਰੇ ਜਾਣਕਾਰੀ ਦਿੱਤੀ ਸੀ ਕੈਨੇਡਾ ਦੇ ਕਈ ਸੂਬਿਆਂ 'ਤੇ ਪ੍ਰਭਾਵਿਤ ਹੋ ਰਹੇ ਨੇ ਸ਼ੁੱਕਰਵਾਰ ਤੱਕ ਇਸ ਤੂਫਾਨ ਦੇ ਨਾਲ ਜੀਟੀਏ ਖੇਤਰ ਦੇ ਵਿੱਚ ਵੀ ਕਾਫੀ ਪ੍ਰਭਾਵ ਦੇਖਿਆ ਜਾ ਸਕਦਾ ਜਿੱਥੇ 10 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ ਤੇ ਨਾਲ ਹੀ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਵੀ ਚੱਲ ਸਕਦੀ ਹੈ ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਟੋਰਾਂਟੋ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਜਿੱਥੇ ਕਿ ਸ਼ੁੱਕਰਵਾਰ ਤੱਕ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਤੋਂ ਬਰਫ਼ੀਲਾ ਤੂਫਾਨ ਸ਼ੁਰੂ ਹੋ ਸਕਦਾ ਹੈ ਜਿਸ ਦੌਰਾਨ ਬਰਫ਼ਬਾਰੀ ਦੇ ਨਾਲ ਹੀ ਤੇਜ਼ ਹਵਾ ਵੀ ਚੱਲੇਗੀ ਵੀਰਵਾਰ ਦੀ ਸਵੇਰ ਨੂੰ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਸਕਦੀ ਹੈ ਤੇ ਸ਼ੁੱਕਰਵਾਰ ਤੱਕ ਇਹ ਜਾਰੀ ਰਹੇਗਾ ਜੀਟੀਏ ਜਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਾਸਤੇ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਯੋਰਕ ਪੀਲ ਹੇਲਟਨ ਦੇ ਖੇਤਰ ਵੀ ਆਉਂਦੇ ਨੇ ਜਿਸ ਵਿੱਚ ਦੱਖਣੀ 온ਟਾਰੀਓ ਦਾ ਹਿੱਸਾ ਆਉਂਦਾ ਏ ਜੋ ਇਹ ਚੇਤਾਵਨੀ ਕੈਨੇਡਾ ਦੇ ਵਾਤਾਵਰਣ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਦੀ ਸਵੇਰ ਤੱਕ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਨਾਲ ਹੀ এনਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਮੌਸਮ ਦੇ ਇਸ ਹਾਲਾਤ ਦੌਰਾਨ ਟ੍ਰੈਵਲ ਦੇ ਹਾਲਾਤ ਕਾਫੀ ਜ਼ਿਆਦਾ ਵਿਗੜ ਸਕਦੇ ਨੇ ਕਿਉਂਕਿ ਭਾਰੀ ਬਰਫ਼ਬਾਰੀ ਤੇ ਤੇਜ਼ ਹਵਾ ਦੇ ਦੌਰਾਨ ਸੜਕਾਂ ਦੇ ਉੱਤੇ ਗੱਡੀਆਂ ਚਲਾਉਣੀਆਂ ਮੁਸ਼ਕਲ ਹੋ ਸਕਦੀਆਂ ਨੇ ਖਾਸ ਤੌਰ ਤੇ ਵੀਰਵਾਰ ਦੀ ਸ਼ਾਮ ਤੋਂ ਲੈ ਕੇ ਸ਼ੁੱਕਰਵਾਰ ਦੀ ਸਵੇਰ ਤੱਕ ਜੀਟੀਏ ਖੇਤਰ ਵਿੱਚ ਜੇਕਰ ਕਿਸੇ ਨੇ ਵੀ ਟ੍ਰੈਵਲ ਕਰਨਾ ਹੈ ਤਾਂ ਕਾਫੀ ਜ਼ਿਆਦਾ ਧਿਆਨ ਦੇ ਨਾਲ ਗੱਡੀ ਚਲਾਈ ਜਾਵੇ ਤੇ ਜਿਵੇਂ ਤੇਜ਼ ਹਵਾ ਚੱਲਣੀ ਹੈ ਤਾਂ ਘਰਾਂ ਦੇ ਬਾਹਰ ਕੋਈ ਵੀ ਅਜਿਹਾ ਸਮਾਨ ਨਾ ਰੱਖਿਆ ਜਾਵੇ ਜੋ ਹਵਾ ਦੇ ਨਾਲ ਉੱਡ ਸਕਦਾ ਹੋਵੇ ਜਿਸ ਦੇ ਨਾਲ ਦੂਜੇ ਦਾ ਵੀ ਨੁਕਸਾਨ ਹੋ ਸਕਦਾ ਹੈ ਹੌਨਰ ਕਗਲੀ ਖਬਰ ਦਿਵਾਲ ਕਰਾਂਗੇ ਪੀਲ ਪੁਲਿਸ ਨੇ ਦੱਸਿਆ ਕਿ ਇਹਨਾਂ ਨੇ 22 ਸਾਲ ਦੇ ਇੱਕ ਨੌਜਵਾਨ ਗੌਰਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਕਿ ਇਹ ਪੂਰਾ ਮਾਮਲਾ ਥੰਸ ਰਿਪੋਰਟ ਵਿੱਚ ਦੱਸਾਂਗੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 22 ਸਾਲ ਦੇ ਗੌਰਵਦੀਪ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮੰਗਲਵਾਰ ਨਵੰਬਰ 29 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਬਾਰੇ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਹਿਲਾਂ ਉਸ ਦੇ ਉੱਤੇ ਮਾਮਲੇ ਦਰਜ ਕੀਤੇ ਜਾਣ ਦੇ ਬਾਰੇ ਪੁਲਿਸ ਨੇ ਦੱਸਿਆ ਸੀ ਪੀਲ ਪੁਲਿਸ ਦਾ ਕਹਿਣਾ ਹੈ ਕਿ ਗੌਰਵਦੀਪ ਸਿੰਘ ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ ਕਿ ਕਿੱਥੇ ਰਹਿੰਦਾ ਹੈ ਉਸ ਨੂੰ ਬ੍ਰੈਮਪਟਨ ਦੇ ਵਿੱਚ ਹੋਰਨਟਾਰੀਓ ਸਟਰੀਟ ਤੇ ਕਾਉਂਟੀ ਕੋਰਟ ਬੁਲੇਵਾਰਡ ਦੇ ਉੱਤੇ ਇੱਕ ਚੋਰੀ ਦਾ ਵਾਹਨ ਚਲਾਉਂਦੇ ਹੋਏ ਦੇਖਿਆ ਗਿਆ ਸੀ ਸ਼ੁੱਕਰਵਾਰ ਜੁਲਾਈ 30 2021 ਨੂੰ ਜਿੱਥੇ ਕਿ ਸਵੇਰ ਦੇ 1.5 ਵਜੇ ਦਾ ਸਮਾਂ ਸੀ ਜਦੋਂ 22 ਸਾਲ ਦਾ ਗੌਰਵਦੀਪ ਸਿੰਘ ਚੋਰੀ ਦਾ ਵਾਹਨ ਚਲਾ ਰਿਹਾ ਸੀ ਜਿਸ ਨੇ ਜਾਣ ਬੁੱਝ ਕੇ ਪੁਲਿਸ ਦੀ ਗੱਡੀ ਦੇ ਨਾਲ ਟੱਕਰ ਮਾਰ ਕੇ ਪੁਲਿਸ ਦੀ ਗੱਡੀ ਨੂੰ ਸੜਕ ਤੋਂ ਹੇਠਾਂ ਵੀ ਉਤਾਰਿਆ ਸੀ ਜਿਸ ਤੋਂ ਬਾਅਦ ਉਸਤੇ ਲਈ ਰੈਸਟ ਵਾਰੰਟ ਜਾਰੀ ਕੀਤੇ ਗਏ ਸਨ ਤੇ ਹੁਣ ਨਵੰਬਰ 29 ਨੂੰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ ਜਿਸ ਦੀ ਕੇ ਅਦਾਲਤ ਵਿੱਚ ਹੁਣ ਸੁਣਵਾਈ ਹੋਵੇਗੀ ਜਿਸ ਦੀ ਕੇ ਇੱਕ ਵਾਰ ਪੇਸ਼ੀ ਬੁੱਧਵਾਰ ਨੂੰ ਨਵੰਬਰ 30 2022 ਨੂੰ 온ਟਾਰੀਓ ਕੋਰਟ ਆਫ ਜਸਟਿਸ ਬ੍ਰੈਂਪਟਨ ਦੇ ਵਿੱਚ ਕੀਤੀ ਵੀ ਗਈ ਸੀ ਜਿੱਥੇ ਉਸਦੇ ਉੱਤੇ मामले दर्ज हो गए ਤੇ ਇਸ ਮਾਮਲੇ ਉਤੇ ਅੱਗੇ ਹੋਰ ਜਾਂਚ ਚੱਲੇਗੀ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਦੇ ਕੋਲ ਕੋਈ ਡੈਸ਼ ਕੈਮ ਫੁਟੇਜ ਜਾਂ ਵੀਡੀਓ ਸਰਵੇਲੈਂਸ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਪੀਲ ਪੁਲਿਸ ਦੀ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਟੀਮ ਹੈ ਜੋ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 9054532121 ਦੇ ਉੱਤੇ ਜਿਸ ਉੱਤੇ ਅੱਗੇ ਐਕਸਟੈਂਸ਼ਨ 2233 ਦੀ ਵਰਤੋਂ ਕੀਤੀ ਜਾ ਸਕਦੀ ਹੈ ਅਗਲੀ ਕਾਫੀ ਮਹੱਤਵਪੂਰਨ ਖਬਰ ਹੈ ਕਿ ਵੌਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੇ ਵਿੱਚ ਦੋ ਜਣੇ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਵੌਨ ਵਿੱਚ ਮੰਗਲਵਾਰ ਦੀ ਦੁਪਹਿਰ ਨੂੰ 12:30 ਵਜੇ ਦੇ ਨੇੜੇ ਇੱਕ ਘਰ ਨੂੰ ਅੱਗ ਲੱਗ ਗਈ ਗਲੈਂਸ਼ੀਲਡਸ ਐਵੇਨਿਊ ਦੇ ਉੱਤੇ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਸੀ ਜਿੱਥੇ ਕਿ ਡਫਰੈਂਸ ਸਟਰੀਟ ਤੇ ਸੈਂਟਰਲ ਸਟਰੀਟਸ ਦੇ ਖੇਤਰ ਵਿੱਚ ਇੱਕ ਘਰ ਨੂੰ ਅੱਗ ਲੱਗੀ ਜਿਸ ਦੀ ਦੂਜੀ ਮੰਜ਼ਲ ਦੇ ਉੱਤੇ ਕਾਲਾ ਸੰਘਣਾ ਧੂੰਆਂ ਬਾਹਰ ਨਿਕਲ ਰਿਹਾ ਸੀ ਜਦੋਂ ਐਮਰਜੈਂਸੀ ਟੀਮ ਮੌਕੇ ਦੇ ਉੱਤੇ ਪਹੁੰਚੀ ਤਾਂ ਉਹਨਾਂ ਨੇ ਦੂਜੀ ਮੰਜ਼ਲ ਤੋਂ ਇੱਕ ਪੁਰਸ਼ ਨੂੰ ਬਾਹਰ ਕੱਢਿਆ ਜਿਸ ਦੀ ਹਾਲਤ ਕਾਫੀ ਗੰਭੀਰ ਸੀ ਜੋ ਕਿ ਬੇਹੋਸ਼ ਸੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਸ ਸਮੇਂ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਯੋਰਕ ਰੀਜਨ ਪੈਰਾਮੈਡਿਕਸ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇੱਕ ਹੋਰ ਪੀੜਤ ਨੂੰ ਘਰ ਚੋਂ ਕੱਢਿਆ ਜਿਸ ਦੀ ਹਾਲਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ ਪਰ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਆਗਾ ਖਿਰ ਲੱਗੀ ਕਿਉਂ ਹੈ ਇਸ ਦਾ ਕਾਰਨ ਹਜੇ ਪਤਾ ਨਹੀਂ ਲੱਗ ਸਕਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਪਰ ਇਸ ਮੌਕੇ ਦੋਵਾਂ ਦੀ ਹਾਲਤ ਦੇ ਬਾਰੇ ਹਜੇ ਹੋਰ ਜਾਣਕਾਰੀ ਆਉਣੀ ਬਾਕੀ ਹੈ ਹਰ ਰੋਜ਼ ਅਗਲੀ ਖਬਰ ਦੇ ਨਾਲ ਕਰਾਂਗੇ ਸਕਿਲਡ ਰਿਫਿਊਜੀਸ ਨੂੰ ਕੈਨੇਡਾ ਵਿੱਚ ਪਨਾਹ ਦੇਣ ਦੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੋਰ ਜ਼ਿਆਦਾ ਨਿਵੇਸ਼ ਕੀਤਾ ਜਾਵੇਗਾ ਇੱਕ ਪਾਇਲਟ ਪ੍ਰੋਗਰਾਮ ਹੈ ਜਿਸ ਦੇ ਅਧੀਨ ਸਕਿਲਡ ਰਿਫਿਊਜੀਆ ਨੂੰ ਪਰਿਵਾਰਾਂ ਸਮੇਤ ਕੈਨੇਡਾ ਵਿੱਚ ਪਨਾਹ ਦਿੱਤੀ ਜਾਂਦੀ ਹੈ ਜਿਸ ਦੇ ਬਾਰੇ ਪੂਰੀ ਜਾਣਕਾਰੀ ਇਸ ਰਿਪੋਰਟ ਵਿੱਚ ਤੁਹਾਨੂੰ ਅਸੀਂ ਦੱਸਾਂਗੇ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਪੜੇ ਲਿਖੇ ਜਾਂ ਖਾਸ ਖਿੱਤਿਆਂ ਵਿੱਚ ਮਾਹਰ ਰਿਫਿਊਜੀਆ ਨੂੰ ਪਨਾਹ ਦੇਣ ਦੇ ਲਈ ਜੋ ਪ੍ਰੋਗਰਾਮ ਹੈ ਉਸ ਤੇ ਵਿੱਚ ਹੋਰ ਨਿਵੇਸ਼ ਕਰਨਗੇ। ਇਮੀਗ੍ਰੇਸ਼ਨ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੋਰ 6.2 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਜੋ ਕਈ ਸੰਸਥਾਵਾਂ ਦੇ ਨਾਲ ਮਿਲ ਕੇ ਕੈਨੇਡਾ ਸਰਕਾਰ ਦੇ ਵੱਲੋਂ ਇਕਨੋਮਿਕ ਮੋਬਿਲਿਟੀ ਪਾਥਵੇ ਪਾਇਲਟ ਪ੍ਰੋਗਰਾਮ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਨਾਲ ਸਕਿਲਡ ਰਿਫਿਊਜੀ ਕੈਨੇਡਾ ਵਿੱਚ ਪਨਾਹ ਲੈ ਸਕਣਗੇ। ਤੇ ਉਹਨਾਂ ਨੂੰ ਅਜਿਹੇ ਕੰਮ ਦੇਣ ਵਾਲਿਆਂ ਦੇ ਨਾਲ ਜੋੜਿਆ ਜਾਵੇਗਾ ਜੋ ਕਾਮਿਆਂ ਦੀ ਕਮੀ ਨਾਲ ਜੂਝ ਰਹੇ ਨੇ ਜਿਵੇਂ ਕਿ ਸਿਹਤ ਅਦਾਰੇ ਸਕਿਲਡ ਟ੍ਰੇਡਸ ਇਨਫੋਰਮੇਸ਼ਨ ਟੈਕਨੋਲੋਜੀ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਕਿ ਰਿਫਿਊਜੀਆ ਨੂੰ ਪਨਾਹ ਦਿੰਦੇ ਹੋਏ ਨਵੀਂ ਤੇ ਸੁਰੱਖਿਅਤ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਇਸ ਦਾ ਅਰਥ ਨਹੀਂ ਹੈ ਕਿ ਉਹਨਾਂ ਦੇ ਤਜਰਬੇ ਨੂੰ ਇਸ ਪ੍ਰਕਿਰਿਆ ਵਿੱਚ ਪਛਾਣਨਾ ਮਿਲੇ ਜਿਸ ਦੇ ਵਿੱਚ ਏਵੀ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਇਸ ਪ੍ਰੋਗਰਾਮ ਦੇ ਅਧੀਨ ਦੂਜੇ ਪੜਾਅ ਵਿੱਚ 500 ਰਿਫਿਊਜੀਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਨਾਹ ਦੇਵੇਗਾ ਤੇ ਅਕਤੂਬਰ 2022 ਵਿੱਚ ਕੈਨੇਡਾ ਪਹਿਲਾਂ ਤੋਂ ਹੀ 100 ਸਕਿਲਡ ਰਿਫਿਊਜੀਸ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਸ ਪ੍ਰੋਗਰਾਮ ਦੇ ਰਾਹੀਂ ਸਵਾਗਤ ਕਰ ਚੁੱਕਿਆ ਹੈ ਯਾਨੀ ਕਿ ਉਹਨਾਂ ਨੂੰ ਪਨਾਹ ਦੇ ਚੁੱਕਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਟੈਲੈਂਟ ਬਿਯੋਂਡ ਬਾਉਂਡਰੀਜ਼ ਟੈਲੈਂਟ ਲਿਫਟ ਤੇ ਜੰਪਸਟਾਰਟ ਰਿਫਿਊਜੀ ਟੈਲੈਂਟ ਇਹ ਸੰਸਥਾਵਾਂ ਨੇ ਇਹ ਕੈਨੇਡਾ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਅਗ੍ਹੀ ਜਾਣਕਾਰੀ ਮੈਟਰੋ ਵੈਂਕੂਵਰ ਦੇ ਵਿੱਚ ਯਾਤਰਾ ਕਰਨ ਵਾਲਿਆਂ ਵਾਸਤੇ ਹੈ ਜਿਹੜੇ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਨੇ ਟਰਾਂਸਲਿੰਕ ਦੇ ਵੱਲੋਂ ਕੁਝ ਨਵੇਂ ਤਰੀਕੇ ਦੇ ਕੰਪਾਸਟ ਕਾਰਡ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਮੈਟਰੋ ਵੈਂਕੂਵਰ ਵਿੱਚ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਦੇ ਲਈ ਬੁੱਧਵਾਰ ਤੋਂ ਇੱਕ ਚੋਣ ਹੋਵੇਗੀ ਕਿ ਉਹ ਸਕਾਈ ਟ੍ਰੇਨ ਵਰਗਾ ਬਣਿਆ ਹੋਇਆ ਕੀ ਚੇਨ ਯਾਨੀ ਕਿ ਚਾਬੀ ਚ ਪਾਇਆ ਜਾਣ ਵਾਲਾ ਛੱਲਾ ਲੈ ਸਕਦੇ ਨੇ ਜੋ ਦਰਅਸਲ ਕੰਪਾਸ ਕਾਰਡ ਹੋਵੇਗਾ ਯਾਨੀ ਕਿ ਕਿਰਾਇਆ ਦੇਣ ਦੇ ਲਈ ਇਸ ਛੱਲੇ ਨੂੰ ਟੈਪ ਕੀਤਾ ਜਾ ਸਕੇਗਾ ਤੇ ਰੀਚਾਰਜ ਵੀ ਕੀਤਾ ਜਾ ਸਕੇਗਾ ਇਹ ਬਿਲਕੁਲ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਕੰਪਾਸ ਕਾਰਡ ਕੰਮ ਕਰਦਾ ਹੈ ਕਾਫੀ ਘੱਟ ਗਿਣਤੀ ਵਿੱਚ ਇਹ ਛੱਲੇ ਯਾਨੀ ਕਿ ਕੀ ਚੇਨ ਜਾਰੀ ਕੀਤੇ ਜਾ ਰਹੇ ਨੇ ਜਦੋਂ ਇਸ ਨੂੰ ਟੈਪ ਕੀਤਾ ਜਾਵੇਗਾ ਤਾਂ ਇਸ ਦੇ ਵਿੱਚ ਇੱਕ ਲਾਈਟ ਵੀ ਜਗੇਗੀ ਜਿਸ ਦੇ ਬਾਰੇ ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੁਇਨ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹਨਾਂ ਨੂੰ ਕੰਪਸ ਮਿਨੀ ਟ੍ਰੇਨ ਦਾ ਨਾਮ ਦਿੱਤਾ ਗਿਆ ਜੋ ਕਿ 3000 ਨੀਲੇ ਰੰਗ ਦੇ ਜਾਰੀ ਕੀਤੇ ਜਾ ਰਹੇ ਨੇ ਜੋ ਕਿ ਇੱਕ ਆਮ ਨੀਲਾ ਕੰਪਸ ਕਾਰਡ ਹੁੰਦਾ ਹੈ ਉਸ ਦਾ ਕੰਮ ਕਰਨਗੇ ਤੇ 2000 ਸੰਤਰੀ ਰੰਗ ਦੇ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਲਈ ਜਿਨ੍ਹਾਂ ਨੂੰ ਕਿਰਾਏ ਵਿੱਚ ਛੋਟ ਮਿਲਦੀ ਹੈ ਯਾਨੀ ਕਿ 5000 ਕੀ ਚੇਨ ਹੀ ਇਹ ਜਾਰੀ ਕੀਤੇ ਜਾ ਰਹੇ ਨੇ ਦਸੰਬਰ 14 ਤੋਂ ਵਾਟਰਫ੍ਰੌਂਟ ਸਟੇਸ਼ਨ ਤੇ ਟ੍ਰਾਂਸਲਿੰਗ ਕਸਟਮਰ ਸਰਵਿਸ ਸੈਂਟਰ ਤੇ ਇਹਨਾਂ ਨੂੰ ਖਰੀਦਿਆ ਜਾ ਸਕਦਾ ਹੈ ਜਿਸ ਦੇ ਲਈ ਸੀਮਾ ਹੈ ਕਿ ਇੱਕ ਵਿਅਕਤੀ ਚਾਰ ਹੀ ਖਰੀਦ ਸਕਦਾ ਹੈ ਜਿਸ ਦੇ ਵਾਸਤੇ ਕੁਝ ਉਸੇ ਤਰ੍ਹਾਂ ਰੇਟ ਹੈ ਜਿਵੇਂ ਕਿ ਕੰਪਸ ਕਾਰਡ ਦੇ ਲਈ ਹੁੰਦਾ ਹੈ ਡਾਲਰ 6 ਰਿਫੰਡੇਬਲ ਡਿਪੋਜ਼ਿਟ ਤੇ ਨਾਲ ਹੀ ਇਸ ਤੋਂ ਪਹਿਲਾਂ ਕੰਪਸ ਮਿਨਿਸ ਤੇ ਵਾਟਰਪਰੂਫ ਰਿਸਟ ਬੈਂਡ ਵੀ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਹੁਣ ਇਹ ਮਿਨੀ ਟ੍ਰੇਨਸ ਜਾਰੀ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਜਦੋਂ ਰਿਸਟ ਬੈਂਡ ਵੀ ਜਾਰੀ ਕੀਤੇ ਗਏ ਸੀ ਤਾਂ ਲੰਮੀਆਂ ਕਤਾਰਾਂ ਉਹਨਾਂ ਨੂੰ ਇਦਣ ਲਈ ਲੱਗੀਆਂ ਸਨ ਤੇ ਕੁਝ ਹੀ ਘੰਟੇ ਵਿੱਚ ਵਿਕ ਵੀ ਗਏ ਸਨ